हैलो जी, सत श्री अकाल सारिआं नूं। तुहाडा सारिआं दा वैलकम है जी अपने चैनल ते। अज दी जिहड़ी मेकअप लुक है उहनूं पूरा देखण वास्ते इस वीडियो नूं पूरा देखना है। पूरे स्टैप है जिहड़े मेकअप दे तुसीं प्रॉपर देखणे। सब तों पहला जिहड़ा मेकअप दा स्टैप है जी, उह हैगा टोनिंग करना। फेस दी टोनिंग करना बहुत जरूरी है गर्मियां दे विच। जेकर तुहाडे कोल कोई टोनर है नहीं, अवेलेबल है नहीं घरे, तां ग्लाव जल तां हर इक दे घरे अवेलेबल हुंदा है। जे फिर भी घरे अवेलेबल नहीं तां दुकान तों इह मिल ही जांदा है। सो ग्लाव जल नूं स्प्रे कर लिआ आपां फेस ते। बिल्कुल ठंडा सीगा, फ्रिज दे विच रखे ਹੋਇਆ ਸੀ ਅਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਹਿੰਦਾ। ਉਸ ਤੋਂ ਬਾਅਦ ਮੋਇਸਚਰਾਈਜ਼ਰ, ਪੌਂਡਸ ਦੀ ਜੈਲ ਬੇਸਡ ਮੋਇਸਚਰਾਈਜ਼ਿੰਗ ਕਰੀਮ ਯੂਜ਼ ਕੀਤੀ ਹੈ ਮੈਂ, ਐਂਡ ਉਸ ਤੋਂ ਬਾਅਦ ਬਲੂ ਹੈਵਨ ਦਾ ਪ੍ਰਾਈਮਰ। ਸੋ ਇਹ ਤਿੰਨੋਂ ਸਟੈਪ ਹੈ ਜਿਹੜੇ, ਪ੍ਰਾਈਮਰ ਹੋ ਗਿਆ, ਮੋਇਸਚਰਾਈਜ਼ਰ ਹੋ ਗਿਆ ਅਤੇ ਟੋਨਿੰਗ ਕਰਨੀ ਫੇਸ ਦੀ ਬਹੁਤ ਇੰਪੋਰਟੈਂਟ ਹੈ। ਸਕਿਨ ਹੈ ਜਿਹੜੀ ਪ੍ਰਪੇਅਰ ਹੋ ਜਾਂਦੀ ਹੈ ਜਦੋਂ ਆਪਾਂ ਮੇਕਅਪ ਕਰਦੇ ਹਾਂ, ਆਪਣੇ ਜਿਹੜੇ ਪੋਰਸ ਹੁੰਦੇ ਉਹ ਫਿਲ ਹੋ ਜਾਂਦੇ ਆ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਫਾਊਂਡੇਸ਼ਨ, ਆਪਾਂ ਬੇਸ ਸੈੱਟ ਕਰਾਂਗੇ। 118 ਸ਼ੇਡ ਹੈ ਮੇਰੀ, ਐਂਡ ਲਾਈਟ ਬੇਸ ਸ਼ੇਡ ਹੈ ਇਹ। ਸਕਿਨ ਨੈਚੁਰਲ ਸਕਿਨ ਦੇ ਅਕੋਰਡਿੰਗ ਹੀ ਮੇਰੇ ਸ਼ੇਡ ਹੈ ਇਹ। ਤੁਸੀਂ ਮੈਚ ਕਰਕੇ ਜਦੋਂ ਵੀ ਸ਼ੋਪ 'ਤੇ ਫਾਊਂਡੇਸ਼ਨ ਖਰੀਦਣ ਜਾਣਾ ਤਾਂ ਆਪਣੀ ਸਕਿਨ ਸ਼ੇਡ ਦੇ ਅਕੋਰਡਿੰਗ ਹੀ ਫਾਊਂਡੇਸ਼ਨ ਹੈ ਜਿਹੜਾ ਲੈਣਾ ਤੁਸੀਂ ਖਰੀਦਣਾ। ਐਂਡ ਉਸ ਤੋਂ ਬਾਅਦ ਆਪਾਂ ਬਿਊਟੀ ਬਲੈਂਡਰ ਨਾਲ ਫਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਕਰਾਂਗੇ ਸੈੱਟ। ਜਦੋਂ ਵੀ ਫਾਊਂਡੇਸ਼ਨ ਸੈੱਟ ਕਰਨਾ ਤਾਂ ਜਿਹੜਾ ਬਿਊਟੀ ਬਲੈਂਡਰ ਹੈ ਈਜ਼ਲੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ। ਇਹਦੇ ਨਾਲ ਫਾਊਂਡੇਸ਼ਨ ਚੰਗੀ ਤਰ੍ਹਾਂ ਸੈੱਟ ਹੁੰਦਾ, ਬੇਸ ਵਧੀਆ ਸੈੱਟ ਹੁੰਦਾ। ਇਹਨੂੰ ਗਿੱਲਾ ਕਰਕੇ ਨਿਚੋੜ ਲੈਣਾ, ਐਂਡ ਉਸ ਤੋਂ ਬਾਅਦ ਟੈਪ ਟੈਪ ਕਰਦੇ ਹੋਏ ਇਸ ਤਰ੍ਹਾਂ ਤੁਸੀਂ ਫਾਊਂਡੇਸ਼ਨ ਸੈੱਟ ਕਰਨਾ। ਤੁਸੀਂ ਨੋਟ ਕੀਤਾ ਉਹ ਪਹਿਲਾਂ ਮੈਂ ਤੁਹਾਡੇ ਨਾਲ ਕਾਫੀ ਵੀਡੀਓਜ਼ ਮੇਕਅਪ ਦੀਆਂ ਸ਼ੇਅਰ ਕੀਤੀਆਂ, ਉਹਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ। ਇੱਕ ਫਾਊਂਡੇਸ਼ਨ ਦੀ ਡਿਟੇਲਡ ਵੀਡੀਓ ਵੀ ਬਣਾਈ ਹੈ ਵੀ ਫਾਊਂਡੇਸ਼ਨ ਨੂੰ ਸੈੱਟ ਕਿਵੇਂ ਕਰਨਾ ਹੈ। ਅਤੇ ਹੁਣ ਆਪਾਂ ਆਈ ਮੇਕਅਪ ਕਰਨਾ ਸਟਾਰਟ ਕਰਾਂਗੇ। ਉਹਦੇ ਲਈ ਆ ਤਿੰਨ ਸ਼ੇਡਸ ਆ, ਪਹਿਲੀਆਂ ਤਾਂ ਦੋ ਸ਼ੇਡਸ ਆ ਜਿਹੜੀਆਂ ਟ੍ਰਾਂਜੇਸ਼ਨ ਸ਼ੇਡ, ਇਹ ਵੀ ਆਪਾਂ ਯੂਜ਼ ਕਰਾਂਗੇ ਬਰਾਊਨ ਜਿਹਾ ਕਲਰ। ਅਤੇ ਪੈਲਟ ਬਹੁਤ ਵਧੀਆ ਸਵਿਸ ਬਿਊਟੀ ਦੀ, 190 ਰੁਪਏ ਦੀ ਤੁਹਾਨੂੰ ਈਜ਼ਲੀ ਮਾਰਕੀਟ 'ਚੋਂ ਮਿਲ ਜਾਂਦੀ ਆ। ਅਤੇ ਤੁਸੀਂ ਇਸ ਤਰ੍ਹਾਂ ਫਲੱਫੀ ਜਾਂ ਬਲੈਂਡਿੰਗ ਬ੍ਰੱਸ਼ ਲੈ ਲੈਣਾ ਉੱਤੇ ਕਲਰ ਲਗਾ ਕੇ। ਐਕਸਟਰਾ ਕਲਰ ਨੂੰ ਮੈਂ ਵਾਰ ਵਾਰ ਤੁਹਾਨੂੰ ਦੱਸਦੀ ਹੁੰਦੀ ਹਾਂ ਵੀ ਤੁਸੀਂ ਝਾੜ ਦੇਣਾ, ਕਿਉਂਕਿ ਜ਼ਿਆਦਾ ਕਲਰ ਲੱਗਿਆ ਹੋਇਆ ਬਿਲਕੁਲ ਵਧੀਆ ਨਹੀਂ ਲੱਗਦਾ। ਜਾਂ ਡਾਰਕ ਸ਼ੇਡ ਜਦੋਂ ਆਪਾਂ ਲਗਾਉਂਦੇ ਹਾਂ ਨਾ, ਟ੍ਰਾਂਜੀਸ਼ਨ ਸ਼ੇਡ ਜਿਹੜੀ ਕਰੀਜ਼ 'ਤੇ ਇਸ ਤਰ੍ਹਾਂ ਬਲੈਂਡ ਕਰਦੇ ਹਾਂ, ਬਿਲਕੁਲ ਵਧੀਆ ਲੱਗਦੀ। ਬਲੈਂਡਿੰਗ ਬਹੁਤ ਜ਼ਿਆਦਾ ਜ਼ਰੂਰੀ ਆ, ਟਾਈਮ ਲਓ ਬਲੈਂਡਿੰਗ ਲਈ, 1-1.5-2 ਮਿੰਟ ਤੱਕ ਬਲੈਂਡ ਕਰੋ ਚੰਗੀ ਤਰ੍ਹਾਂ ਕਲਰ ਨੂੰ। ਸੋ ਮੈਂ ਵੀਡੀਓ ਟ੍ਰਿਮ ਕਰ ਦਿੰਦੀ ਹਾਂ ਵਿੱਚੋਂ, ਨਹੀਂ ਤਾਂ ਵੀਡੀਓ ਬਹੁਤ ਲੰਬੀ ਬਣ ਜੂਗੀ। 1-1.5 ਮਿੰਟ ਚੰਗੀ ਤਰ੍ਹਾਂ ਬਲੈਂਡਿੰਗ ਕਰੋ, ਉਸ ਤੋਂ ਬਾਅਦ ਤੁਸੀਂ ਇਹ ਬਰਾਊਨ ਜੀ ਸ਼ੇਡ ਲੈਣੀ ਹੈ। ਸੋ ਉਸੇ ਸੇਮ ਕਲਰ ਬ੍ਰੱਸ਼ 'ਤੇ ਹੈ ਜਿਹੜੀ ਆਪਾਂ ਇਹ ਇਸ ਤਰ੍ਹਾਂ ਸ਼ੇਡ ਲੈ ਲਈ ਹੈ, ਬਰਾਊਨ ਜਾਂ ਕੌਫੀ ਸ਼ੇਡ ਕਹਿ ਸਕਦੇ ਹੋ। ਅਤੇ ਜਿਹੜਾ ਆਪਣਾ ਆਊਟਰ ਵੀ ਕੋਰਨਰ ਹੈ ਦੇਖੋ ਲਿਡ ਦਾ, ਉੱਥੇ ਆਪਾਂ ਕਲਰ ਨੂੰ ਟੈਪ ਕਰਕੇ ਲਗਾ ਲਿਆ ਪਹਿਲਾਂ, ਫਿਰ ਉਹਨੂੰ ਹਲਕਾ ਹਲਕਾ ਕਰੀਜ਼ ਤੱਕ ਬਲੈਂਡ ਕਰਦੇ ਜਾਵਾਂਗੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਲੈਂਡਿੰਗ ਹੈ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿੰਨੀ ਚੰਗੀ ਤਰ੍ਹਾਂ ਤੁਸੀਂ ਬਲੈਂਡਿੰਗ ਕਰੋਗੇ ਨਾ, ਤੁਹਾਡਾ ਆਈ ਮੇਕਅਪ ਹੈ ਓਨਾ ਹੀ ਜ਼ਿਆਦਾ ਪ੍ਰੋਫੈਸ਼ਨਲ ਲੱਗੂਗਾ, ਓਨਾ ਹੀ ਜ਼ਿਆਦਾ ਹੈ ਜਿਹੜਾ ਸੋਹਣਾ ਲੱਗੂਗਾ। ਅਤੇ ਹੁਣ ਆਪਾਂ ਇਸ ਤਰ੍ਹਾਂ ਦੋਨੋਂ ਅੱਖਾਂ 'ਤੇ ਕਲਰ ਸੈੱਟ ਕਰ ਲਏ। ਹੁਣ ਆ ਗਿਆ ਲੈਕਮੀ ਦਾ ਲੂਜ਼ ਪਾਊਡਰ, ਲੂਜ਼ ਪਾਊਡਰ ਨੇ ਇਸ ਤਰ੍ਹਾਂ ਆਪਾਂ ਸੈੱਟ ਕਰਨਾ। ਤੁਸੀਂ ਚਾਹੋ ਤਾਂ ਜਿਹੜਾ ਜਦੋਂ ਤੁਸੀਂ ਫਾਊਂਡੇਸ਼ਨ ਯੂਜ਼ ਕਰ ਲਓ, ਫਾਊਂਡੇਸ਼ਨ ਲਗਾ ਲਓ, ਉਸ ਤੋਂ ਬਾਅਦ ਨਾਲ ਦੀ ਨਾਲ ਵੀ ਲੂਜ਼ ਪਾਊਡਰ ਲਗਾ ਕੇ ਰੱਖ ਸਕਦੇ ਹੋ। ਲੂਜ਼ ਪਾਊਡਰ ਨੂੰ ਜਦੋਂ ਤੱਕ ਆਪਾਂ ਲਗਾ ਕੇ ਰੱਖਾਂਗੇ, 7-8 ਮਿੰਟ ਸੈੱਟ ਹੋਣ ਦੇਵਾਂਗੇ। ਇਸ ਸਟੈਪ ਨੂੰ ਆਪਾਂ ਬੇਕਿੰਗ ਵੀ ਕਹਿ ਦਿੰਦੇ ਹਾਂ। ਅਤੇ ਉਦੋਂ ਤੱਕ ਆਪਾਂ ਜਿਹੜੀਆਂ ਆਈਬ੍ਰੋਜ਼ ਆ ਉਹਨਾਂ ਨੂੰ ਸੈੱਟ ਕਰਾਂਗੇ। ਦੋਨੋਂ ਆਈਬ੍ਰੋਜ਼ ਦੀ ਮੈਂ ਸ਼ੇਪ ਬਣਾ ਲਈ, ਸੈੱਟ ਕਰ ਲਈਆਂ, ਐਂਡ ਇਹ ਆ ਗਈ ਮੇਰੀ ਬਹੁਤ ਹੀ ਪੁਰਾਣੀ ਅਤੇ ਮੇਰੀ ਫੇਵਰੇਟ ਪੈਲਟ। ਇਹਦੇ ਵਿੱਚ ਮੈਨੂੰ ਜਿਹੜੀ ਬਲੱਸ਼ ਅਤੇ ਕੰਟਿਓਰਿੰਗ ਮਿਲ ਗਈ ਸੀ, ਅਤੇ ਬਹੁਤ ਹੀ ਬਜਟ ਦੇ ਵਿੱਚ ਇਹ ਪੈਲਟ ਰਹਿੰਦੀ ਹੈ। 550 ਰੁਪਏ ਦੀ ਪੈਲਟ ਮੈਨੂੰ ਮਿਲੀ ਸੀ। ਕਿੰਨੇ ਆਈ ਸ਼ੈਡੋ ਇਹਦੇ ਵਿੱਚ, ਸ਼ਿਮਰ ਵਾਲੇ ਮੈਟ ਮੈਨੂੰ ਸ਼ੇਡਸ ਮਿਲ ਗਈਆਂ। ਸੋ ਇੱਕ ਹੀ ਪੈਲਟ ਨਾਲ ਤੁਹਾਡਾ ਸਰ ਸਕਦਾ। ਅਤੇ ਹੁਣ ਇਹ ਪੈਲਟ 450-500 ਦੀ ਇੰਨੀ ਕੁ ਦੀ ਹੋਊਗੀ। ਸੋ ਆਪਾਂ ਬਲੱਸ਼ ਦਾ ਯੂਜ਼ ਕਰ ਲਿਆ, ਬਲੱਸ਼ ਨੂੰ ਵੀ ਤੁਸੀਂ ਐਕਸਟਰਾ ਨੂੰ ਝਾੜ ਕੇ ਫਿਰ ਲਗਾਉਣਾ। ਅਤੇ ਉਸ ਤੋਂ ਬਾਅਦ ਕੰਟਿਓਰਿੰਗ ਕਰਾਂਗੇ ਫੇਸ ਦੀ। ਪਾਊਡਰ ਵਾਲੀ ਹੀ ਕੰਟਿਓਰਿੰਗ ਮੈਂ ਕੀਤੀ ਹੈ। ਜੇਕਰ ਤੁਹਾਨੂੰ ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਪਾਊਡਰ ਵਾਲੇ ਪ੍ਰੋਡਕਟ ਯੂਜ਼ ਕਰਨੇ ਨਹੀਂ ਵਧੀਆ ਲੱਗਦੇ, ਤਾਂ ਤੁਸੀਂ ਕਰੀਮ ਕੰਟਿਓਰਿੰਗ ਦਾ ਵੀ ਯੂਜ਼ ਕਰ ਸਕਦੇ ਹੋ, ਸਟਿੱਕ ਮਿਲ ਜਾਂਦੀਆਂ ਨੇ। ਸੋ ਇਸ ਤਰ੍ਹਾਂ ਤੁਸੀਂ ਕੰਟਿਓਰਿੰਗ ਆਪਣੀ ਮਾਰਕੀਟ 'ਚੋਂ ਜਾਂ ਔਨਲਾਈਨ ਮਿਲ ਜਾਂਦੀਆਂ ਨੇ, ਤੁਸੀਂ ਖਰੀਦ ਸਕਦੇ ਹੋ। ਫੇਸ ਦੀ ਪ੍ਰੋਪਰ ਆਪਾਂ ਕੰਟਿਓਰਿੰਗ ਕਰ ਲਾਂਗੇ, ਜਿਸ ਤਰ੍ਹਾਂ ਮੈਂ ਕਰ ਰਹੀ ਹਾਂ, ਪੂਰੇ ਫੇਸ ਨੂੰ ਇੱਕ ਪ੍ਰੋਪਰ ਸ਼ੇਪ ਦੇਣ ਦੇ ਲਈ। ਉਸ ਤੋਂ ਬਾਅਦ ਆਪਾਂ ਨੋਜ਼ ਦੀ ਕੰਟਿਓਰਿੰਗ ਕਰਾਂਗੇ। ਸੋ ਜਿਹੜਾ ਬ੍ਰੱਸ਼ ਆ ਉਹ ਥੋੜ੍ਹਾ ਵੱਡਾ ਸੀਗਾ, ਇਸ ਕਰਕੇ ਮੈਂ ਜਿਹੜਾ ਡਰਾ ਕਰ ਲਿਆ ਸੀਗਾ ਫਲੈਟ ਬ੍ਰੱਸ਼ ਨਾਲ ਨੋਜ਼ ਦੀ ਸ਼ੇਪ ਨੂੰ, ਐਂਡ ਉਸ ਤੋਂ ਬਾਅਦ ਮੈਂ ਬਲੈਂਡਿੰਗ ਕਰੂੰਗੀ। ਹੁਣ ਆਪਾਂ ਇਸ ਤਰ੍ਹਾਂ ਜਿਹੜਾ ਐਕਸਟਰਾ ਪਾਊਡਰ ਉਹਨੂੰ ਡਸਟ ਆਊਟ ਕਰ ਦਿਆਂਗੇ। ਇਹ ਮੇਰਾ ਫਾਊਂਡੇਸ਼ਨ ਵਾਲਾ ਬ੍ਰੱਸ਼ ਹੀ ਹੈ, ਪਿਛਲੀ ਵੀਡੀਓ 'ਚ ਵੀ ਮੈਂ ਇਹਨੂੰ ਯੂਜ਼ ਕੀਤਾ ਸੀ। ਮੇਰਾ ਨਾ ਪਾਊਡਰ ਵਾਲਾ ਬ੍ਰੱਸ਼ ਹੈ ਜਿਹੜਾ ਉਹ ਗੁੰਮ ਹੋ ਗਿਆ, ਮੈਨੂੰ ਥਿਆਇਆ ਨਹੀਂ ਕਿਤੋਂ ਵੀ। ਹੁਣ ਆਪਾਂ ਫਲੈਟ ਬ੍ਰੱਸ਼ 'ਤੇ ਮੇਕਅਪ ਸੈਟਿੰਗ ਸਪਰੇਅ ਦਾ ਯੂਜ਼ ਕਰ ਲਿਆ। ਇਹਦੇ ਨਾਲ ਜਦੋਂ ਆਪਾਂ ਇਸ ਤਰ੍ਹਾਂ ਦੇ ਸ਼ਿਮਰ ਵਾਲੇ ਕਲਰ ਲਗਾਉਂਦੇ ਹਾਂ
ਹੈ ਨਾ ਤਾਂ ਉਹ ਚੰਗੀ ਤਰ੍ਹਾਂ ਲੱਗ ਜਾਂਦੇ, ਤੁਸੀਂ ਖੁਦ ਹੀ ਦੇਖ ਲਿਓ ਬਹੁਤ ਚੰਗੀ ਤਰ੍ਹਾਂ ਲੱਗ ਜਾਣਗੇ। ਇਸ ਦੇ ਮੁਕਾਬਲੇ ਤੁਸੀਂ ਡਰਾਈ ਬ੍ਰੱਸ਼ ਨਾਲ ਲਗਾਓਗੇ ਜੇ ਕਲਰ ਤਾਂ ਉਹ ਜ਼ਿਆਦਾ ਵਧੀਆ ਨਹੀਂ ਲੱਗਣਗੇ ਲਿਡ ਦੇ ਉੱਪਰ। ਦੇਖੋ ਸ਼ਿਮਰ ਵਾਲੇ ਕਲਰ ਬਹੁਤ ਵਧੀਆ ਲੱਗ ਜਾਂਦੇ ਆ। ਸੋ ਫਲੈਟ ਬ੍ਰੱਸ਼ ਨਾਲ ਆਪਾਂ ਇਹ ਮੈਨੂੰ ਕਲਰ ਵਧੀਆ ਲੱਗਿਆ, ਮਹਿੰਦੀ ਜਿਹਾ ਕਲਰ ਕਹਿ ਸਕਦੇ ਹੋ ਤੁਸੀਂ ਇਹਨੂੰ, ਵੀ ਇਹ ਸੂਟ ਦੇ ਨਾਲ ਬਹੁਤ ਸੋਹਣਾ ਲੱਗੂ ਦੋਨੋਂ ਅੱਖਾਂ 'ਤੇ। ਮੈਂ ਦੋਨੋਂ ਲਿਡ ਦੇ ਉੱਪਰ ਜਿਹੜਾ ਲਗਾ ਲਿਆ ਇਹੀ ਸੇਮ ਕਲਰ ਸ਼ਿਮਰ ਵਾਲਾ ਮੈਂ ਜਿਹੜੇ ਆਪਣੀ ਵਾਟਰ ਲਾਈਨ ਆ ਉਹਦੇ ਨੀਚੇ ਡਰਾ ਕਰੂੰਗੀ, ਹੋਰ ਆਪਾਂ ਕੋਈ ਵੀ ਕਲਰ ਨਹੀਂ ਲਗਾਵਾਂਗੇ। ਸ਼ਿਮਰ ਵਾਲੇ ਕਲਰ ਦਾ ਯੂਜ਼ ਕਰ ਸਕਦੇ ਹੁੰਦੇ ਹੋ ਤੁਸੀਂ, ਅਤੇ ਇੱਥੇ ਆਪਾਂ ਕਾਜਲ ਦਾ ਯੂਜ਼ ਵੀ ਨਹੀਂ ਕਰਾਂਗੇ। ਮੈਂ ਪਹਿਲਾਂ ਵੀ ਤੁਹਾਡੇ ਨਾਲ ਡਿਟੇਲਡ ਵੀਡੀਓ ਸ਼ੇਅਰ ਕੀਤੀ ਅੱਖਾਂ ਨੂੰ ਲੈ ਕੇ, ਵੀ ਜੇ ਛੋਟੀਆਂ ਅੱਖਾਂ ਨੇ ਤਾਂ ਮੇਰੀਆਂ ਅੱਖਾਂ ਥੋੜ੍ਹੀਆਂ ਜਿਹੀਆਂ ਛੋਟੀਆਂ ਨੇ, ਸੋ ਜੇਕਰ ਅੱਖਾਂ ਛੋਟੀਆਂ ਨੇ ਤਾਂ ਕਾਜਲ ਦਾ ਯੂਜ਼ ਨਾ ਕਰੋ, ਅੱਖਾਂ ਨੂੰ ਇੱਦਾਂ ਹੀ ਰੱਖੋ, ਜਾਂ ਫਿਰ ਮਟੈਲਿਕ ਕਾਜਲ ਦਾ ਜਾਂ ਵਾਈਟ ਕਾਜਲ ਦਾ ਯੂਜ਼ ਕਰੋ। ਸੇਮ ਉਹੀ ਆਪਾਂ ਫਲੱਫੀ ਬ੍ਰੱਸ਼ ਨਾਲ ਕੋਈ ਕਲਰ ਨਹੀਂ ਲਗਾਇਆ ਸੀ, ਸਿਰਫ ਕਲੀਨ ਬ੍ਰੱਸ਼ ਨਾਲ ਹੀ ਆਪਾਂ ਥੋੜ੍ਹੀ ਜਿਹੀ ਫਿਨਿਸ਼ਿੰਗ ਦਿੱਤੀ ਆਈ ਸ਼ੈਡੋ ਨੂੰ। ਐਂਡ ਉਸ ਤੋਂ ਬਾਅਦ ਮਸਕਾਰੇ ਦਾ ਯੂਜ਼ ਕਰਾਂਗੇ, ਲੈਕਮੀ ਦਾ ਮਸਕਾਰਾ। ਜਦੋਂ ਵੀ ਫੇਕ ਆਈਲੈਸ਼ਸ ਲਗਾਉਣੀਆਂ ਤਾਂ ਮਸਕਾਰੇ ਦਾ ਹਮੇਸ਼ਾ ਯੂਜ਼ ਕਰਨਾ ਹੈ। ਐਂਡ ਉਸ ਤੋਂ ਬਾਅਦ ਆਪਾਂ ਨੀਚੇ ਵਾਲੀਆਂ ਵੀ ਜਿਹੜੀਆਂ ਆਪਣਾ ਲੋਅਰ ਲੈਸ਼ਸ ਨੇ ਉਹਨਾਂ 'ਤੇ ਵੀ ਆਪਾਂ ਮਸਕਾਰੇ ਦਾ ਜਿਹੜਾ ਯੂਜ਼ ਕਰਾਂਗੇ। ਸੋ ਇਹਦੇ ਨਾਲ ਮੈਂ ਸੂਟ ਵੀਅਰ ਕਰੂੰਗੀ ਬਿਲਕੁਲ ਲਾਈਟ ਜਿਹੇ ਕਲਰ ਦਾ। ਲਿਪਸਟਿਕ ਮੈਂ ਲਗਾ ਲਈ ਮੈਂ ਰੂਨ ਜੇ ਕਲਰ ਦੀ, ਰੈੱਡ ਕਲਰ ਦੀ, ਬਹੁਤ ਸੋਹਣੀ ਲੱਗੂਗੀ ਇਹ ਆਈ ਮੇਕਅਪ ਦੇ ਨਾਲ। ਉਸ ਤੋਂ ਬਾਅਦ ਆਪਾਂ ਬਰਾਊ ਬੋਨ ਨੂੰ ਅਤੇ ਆਈਜ਼ ਦੇ ਇਨਰ ਕੋਰਨਰ ਨੂੰ ਹਾਈਲਾਈਟ ਕਰ ਲਿਆ ਹਾਈਲਾਈਟਰ ਦੀ ਮਦਦ ਨਾਲ। ਫਿਰ ਆਪਾਂ ਬ੍ਰੱਸ਼ ਦੀ ਮਦਦ ਨਾਲ ਹਾਈਲਾਈਟਰ ਲਗਾਵਾਂਗੇ ਗੱਲਾਂ 'ਤੇ, ਨੋਜ਼ 'ਤੇ, ਫੋਰਹੈਡ 'ਤੇ, ਜਿੱਥੇ ਜਿੱਥੇ ਫੇਸ ਦੀ ਹਾਈਲਾਈਟਿੰਗ ਕਰਨੀ ਹੈ ਆਪਾਂ ਕਰ ਲਾਂਗੇ। ਅਤੇ ਬਹੁਤ ਹੀ ਵਧੀਆ ਸਟੈਪ ਹੈ ਜਿਹੜਾ ਹਾਈਲਾਈਟਿੰਗ ਦਾ ਰਹਿੰਦਾ। ਅੱਜ ਜਿਹੜਾ ਮੈਂ ਇਹ ਤੁਹਾਡੇ ਨਾਲ ਹੇਅਰ ਸਟਾਈਲ ਇਸ ਵੀਡੀਓ ਦੇ ਵਿੱਚ ਬਣਾਇਆ ਨਾ, ਇਹ ਮੈਂ ਇੱਕ ਨਵਾਂ ਜਿਹਾ ਹੇਅਰ ਸਟਾਈਲ ਬਣਾਇਆ। ਪਿੱਛੇ ਮੈਂ ਪਫ ਬਣਾਇਆ, ਥੋੜ੍ਹੀਆਂ ਮੀਡੀਆਂ ਗੁੰਦ ਕੇ, ਇਹ ਅਲੱਗ ਹੀ ਡਿਫਰੈਂਟ ਦੇ ਤਰੀਕੇ ਨਾਲ ਮੀਡੀ ਗੁੰਦੀ ਹੈਗੀ, ਅਤੇ ਥੋੜ੍ਹੇ ਥੋੜ੍ਹੇ ਵਾਲ ਹੈ ਫਰੰਟ ਤੋਂ, ਉਹਨਾਂ ਦਾ ਇਸ ਤਰ੍ਹਾਂ ਸਟਾਈਲ ਜਿਹਾ ਬਣਾਇਆ। ਅਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਜਦੋਂ ਮੈਂ ਪਿਕਚਰ ਕਲਿੱਕ ਕੀਤੀਆਂ ਇਹ ਮੇਕਅਪ ਲੁੱਕ ਪ੍ਰੋਪਰ ਕੰਪਲੀਟ ਕਰਕੇ। ਮੇਕਅਪ ਸੈਟਿੰਗ ਸਪਰੇ ਦਾ ਜ਼ਰੂਰ ਯੂਜ਼ ਕਰਨਾ, ਖਾਸ ਕਰ ਗਰਮੀਆਂ ਦੇ ਵਿੱਚ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਮੇਕਅਪ ਲੁੱਕ, ਅਤੇ ਮਿਹਨਤ ਬਹੁਤ ਲੱਗੀ ਜੀ ਮੈਨੂੰ 2:00 ਵੀਡੀਓ ਬਣਾਉਂਦੀ ਨੂੰ, ਥੋੜ੍ਹਾ ਟਾਈਮ ਲੱਗਦਾ। ਵੀਡੀਓ ਮੈਂ ਕਾਹਲੀ ਕਰਕੇ ਤੁਹਾਨੂੰ ਦਿਖਾ ਦਿੰਦੀ ਹਾਂ, ਕੁਛ ਵੀਡੀਓ ਵਿੱਚੋਂ ਟ੍ਰਿਮ ਕਰ ਦਿੰਦੀ ਹਾਂ, ਪਰ ਵੀਡੀਓ ਬਣਾਉਣ 'ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਜੇਕਰ ਤੁਹਾਨੂੰ ਮੇਰੀ ਇਹ ਲੁੱਕ ਵਧੀਆ ਲੱਗੀ, ਵੀਡੀਓ ਚੰਗੀ ਲੱਗੀ, ਤਾਂ ਇੱਕ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਅਤੇ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਨੈਕਸਟ ਵੀਡੀਓ ਨਾਲ ਮਿਲਾਂਗੇ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਬਾਏ ਬਾਏ।